ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਮਾਤਾ ਮਾਤ ਗੁਜਰ ਕੌਰ ਜੀ ਦੇ ਜਨਮ ਸ਼ਤਾਬਦੀ ਨੂੰ ਸਮਰਪਿਤ ਜੋ ਮੁੱਖ ਸਮਾਗਮ 22 ਤਰੀਕ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਹੋ ਰਹੇ ਨੇ, ਸਮੁੱਚਾ ਪੰਥ ਬੜੀ ਅਕੀਦਤ ਸ਼ਰਧਾ ਦੇ ਨਾਲ ਮਾਤਾ ਜੀ ਦੇ ਜਨਮ ਦਿਹਾੜੇ ਨੂੰ ਮਨਾ ਰਿਹਾ ਹੈ। ਮਾਤਾ ਜੀ ਦਾ ਮਹਾਨ ਸ਼ਹੀਦੀ ਅਸਥਾਨ ਸ਼੍ਰੀ ਫਤਿਹਗੜ੍ਹ ਸਾਹਿਬ, ਜਿੱਥੇ ਉਚੇਚੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਗੁਰਮਤਿ ਸਮਾਗਮ ਸ਼੍ਰੀ ਫਤਿਹਗੜ੍ਹ ਸਾਹਿਬ ਵੀ ਰੱਖਿਆ ਗਿਆ, ਜਿਹਦੇ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਅਤੇ ਕੌਮ ਦੇ ਵਿਚਾਰਵਾਨ ਵਿਚਾਰਾਂ ਦੀ ਸਾਂਝ ਪਾਉਣਗੇ। ਇਹ ਸਮਾਗਮ 22 ਨਵੰਬਰ ਸ਼ਾਮੀ 6 ਵਜੇ ਤੋਂ ਆਰੰਭ ਹੋ ਕੇ ਰਾਤ 10:30 ਵਜੇ ਤੱਕ ਚੱਲੇਗਾ, ਜਿਹਦੇ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਅਤੇ ਕੌਮ ਦੇ ਵਿਦਵਾਨ ਹਾਜ਼ਰੀਆਂ ਭਰਨਗੇ। ਇਹ ਧਰਤੀ ਜਿਨ੍ਹਾਂ ਦੀ ਕੁਰਬਾਨੀ ਸਦਕਾ ਵਸ ਰਹੀ ਹੈ, ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ, ਮਾਂ ਗੁਜਰੀ ਜੀ ਦੇ ਅਸਾਨਾਂ ਨੂੰ, ਉਹਨਾਂ ਦੀ ਮਹਾਨ ਕਰਨੀ ਨੂੰ ਆਪਣੀ ਸੁਰਤ ਵਿੱਚ ਵਸਾਉਂਦੇ ਹੋਏ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਆਓ, ਸ਼੍ਰੀ ਫਤਿਹਗੜ੍ਹ ਸਾਹਿਬ ਵਾਲੇ ਇਸ ਸਮਾਗਮ ਵਿੱਚ ਜਿਹੜੀਆਂ ਚੁਗਿਰਦੇ ਦੀਆਂ ਸੰਗਤਾਂ ਨੇ ਇੱਥੋਂ ਦੀਆਂ, ਉਹ ਜ਼ਰੂਰ ਹਾਜ਼ਰੀਆਂ ਭਰਨ। ਅਤੇ ਮੁੱਖ ਸਮਾਗਮ ਜੋ 22 ਤਰੀਕ ਨੂੰ ਹੀ ਸ਼੍ਰੀ ਕਰਤਾਰਪੁਰ ਸਾਹਿਬ ਹੋ ਰਿਹਾ, ਉੱਥੇ ਸਮੁੱਚੇ ਤੌਰ 'ਤੇ ਸਾਰਾ ਪੰਥ ਹਾਜ਼ਰੀਆਂ ਭਰ ਰਿਹਾ। ਇਹ ਸਮਾਗਮਾਂ ਦੇ ਨਾਲ ਸੁਨੇਹਾ ਘਰ ਘਰ ਤੱਕ ਪਹੁੰਚੇ ਕਿ ਇੱਕ ਮਾਂ ਦਾ ਕੀ ਫਰਜ਼ ਹੈ, ਇੱਕ ਦਾਦੀ ਦਾ ਕੀ ਫਰਜ਼ ਹੈ, ਤਾਂ ਕਿ ਅਸੀਂ ਭਵਿੱਖ ਵਿੱਚ ਆਪਣੀ ਵਿਰਾਸਤ ਨੂੰ, ਆਪਣੀ ਪੀੜ੍ਹੀ ਨੂੰ ਸੰਭਾਲ ਸਕੀਏ। ਜ਼ਰੂਰ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।